Take few seconds to subscribe our channel and click the bell icon button so you will get all notification of our latest updates. अस्सलाम वालेकुम जनाब, नाज़रीन जनाब, कैसे हैं आप? हरिया से हैं। आज हम आपकी मुलाकात गुजरांवाला की जानी पहचानी शख्सियत मोहम्मद अली साहब, जो कि किसी तारफ के मोहताज नहीं, मोहम्मद अली अल मरूफ रानमरी से करवाते हैं। वो आपको मजीद गुफ्तगू आप उनसे करें, आप उनसे बात करें, वो आपको बताते हैं कि रानमरी दी उनके अंदर कैसे आई। ले जी मोहम्मद अली साहब बताएं जी। रानमरी दी है, होन दी नहीं है। मेरे परदादा जी, दादा जी, अबू भी सारे मतलब नस्ली है ना, रानमरी दी खानदानी ते चलदी आ रही है। तो हुण मैं अगो अपने बेटे नूं भी ट्रेन कर रहा वा। साडे कैस ग्रुप दे विच ना बड़े प्यार वाले दोस्त ने, ਉਹ ਨਵਾਂ ਨੁਸਖਾ ਤੁਹਾਡੇ ਕੋਲ ਰਨਮਰੀ ਦਾ ਪੁੱਛਣਾ ਚਾਹ ਰਹੇ ਨੇ, ਜਿਹੜਾ ਤੁਸੀਂ ਅੱਗੇ ਸਾਨੂੰ ਦੱਸਿਆ ਸੀ। ਹਾਂਜੀ, ਉਹ ਨਾ ਉਹ ਨੁਸਖਾ ਇੰਜੇ ਕਿ ਇੱਕ ਗਲਾਸ ਨੀਮ ਗਰਮ ਪਾਣੀ ਲੈ ਲੈਣਾ ਤੇ ਬੇਗਮ ਦੇ ਦੋਵੇਂ ਪੈਰ ਧੋ ਲੈਣੇ ਨੇ। ਇਹ ਪਾਣੀ ਨੀਮ ਗਰਮ ਲੈਣਾ? ਹਾਂਜੀ, ਉਹਦੇ ਨਾਲ ਥਕਾਵਟ ਵੀ ਲੱਥ ਜਾਏਗੀ ਨਾ। ਬੇਗਮ ਦੀ ਕੀ ਆਪਣੀ? ਬੇਗਮ ਦੀ। ਅੱਛਾ, ਠੀਕ ਹੈ। ਫਿਰ ਉਹ ਘੁੱਟਣ ਦੀ ਵੀ ਲੋੜ ਕੋਈ ਨੀ। ਠੀਕ ਹੈ। ਕਈ ਬੰਦੇ ਜਿਵੇਂ ਮੇਰੇ, ਮੈਂ ਨੀ ਘੁੱਟ ਕੇ ਸੌਂਦਾ, ਮੈਨੂੰ ਨੀਂਦਰ ਹੀ ਨੀ ਫਿਰ ਪੈਂਦੀ ਨਾ ਘੁੱਟਾਂ ਦੀ। ਤੇ ਉਹ ਨਾ ਦੋ ਚਮਚੀਆਂ ਰੂਹ ਅਫਜ਼ਾ ਸ਼ਰਬਤ ਸੁੱਟ ਕੇ ਨਾ ਤੇ ਸੀਰਪ ਪੀ ਛੱਡਣਾ ਤੇ ਤਿੰਨ ਦਿਨ ਬਾਅਦ ਰਨਮਰੀ ਤਿਆਰ ਤੇ 100 ਸਾਲਾ ਪੁਰਾਣੀ ਖੰਗ ਵੀ ਖਤਮ ਹੋ ਜਾਏ। ਇਹ ਖੰਗ ਦੇ ਵਿੱਚ ਕੀ ਅਮਲ ਦਖਲ ਹੈ? ਉਹ ਜਿਹੜੇ ਪੈਰਾਂ ਦੇ ਵਿੱਚ ਵਿਟਾਮਿਨ ਹੁੰਦੇ ਨੇ, ਉਹ ਖਾਂਸੀ ਵੀ ਖਤਮ ਕਰਦੇ। ਤੇ ਜੇ ਬੰਦਾ ਉਂਝ ਹੀ ਵੱਖੀ ਚ ਠੁੱਡੇ ਛੁੱਡੇ ਖਾ ਲੇ ਤੇ? ਨਹੀਂ ਨਹੀਂ ਨਹੀਂ, ਉਂਝ ਨਹੀਂ। ਉਹ ਤੇ ਫਿਰ ਅੰਦਰ ਮੈਦਾ ਹਲਾਣ ਵਾਲੀ ਗੱਲ। ਮੈਦਾ ਹਲਾਣ ਵਾਲੀ ਗੱਲ, ਠੀਕ ਹੈ ਜਨਾਬ। ਜਨਾਬ, ਇਹ ਸਾਡੇ ਨਾਲ ਅੱਜ ਰਨਮਰੀਤ ਬਕਲਮੇ ਖੁਦ ਨੇ ਤੇ ਇਹ ਸਾਨੂੰ ਅੱਜ ਆਪਣੀ ਆਪ ਹੱਡ ਬੀਤੀ ਸੁਣਾਉਣ ਦੇ ਕਿ ਕੀ ਇਹਨਾਂ ਨਾਲ ਬੀਤੀ ਸੀ, ਉਹ ਜਿਹੜਾ ਵਾਕਿਆ ਸੀ ਜਿਨ੍ਹਾਂ ਨੂੰ ਇਹਨਾਂ ਕੰਮ ਕਰਨ ਤੇ ਮਜਬੂਰ ਕਰ ਛੱਡਿਆ, ਉਹ ਕਿਹੜਾ ਐਸਾ ਵਾਕਿਆ ਸੀ? ਉਹ ਮੈਂ ਆਪਣੇ ਅੱਬੂ ਨੂੰ 500 ਰੁਪਇਆ ਦਿੰਦਾ ਹਾਂ ਤੇ ਮੈਨੂੰ ਗਾਲਾਂ ਕੱਢਦੇ ਹਨ। ਫਿਰ ਮੈਂ ਵੱਖਰਾ ਹੋ ਕੇ ਸਹੁਰੇ ਡੁਰ ਗਿਆ, ਸਹੁਰੇ ਨੂੰ 200 ਦਿੰਦਾ ਹਾਂ ਤੇ ਮੂੰਹ ਮੱਥਾ ਚੁੰਮਦੇ ਹਨ। ਤੇ ਜਦੋਂ ਛੋਟੇ ਭਰਾ ਨੇ ਮਾਰਿਆ ਨਾ ਜਨਾਨੀ ਨੂੰ, 3 ਦਿਨ ਫਿਰ ਮਰੰਦ ਰੋ ਦਿਲ ਰੋਂਦਾ, ਮੈਂ ਨਹੀਂ ਰੋਂਦਾ, ਫਿਰ ਮਰੰਦ ਰੋ ਦਿਲ ਰੋਂਦਾ। ਜਨਾਨੀਆਂ ਕਿੱਥੋਂ ਲੱਭਦੀਆਂ ਨੇ? ਮਾਂ ਪਿਓ ਮਰ ਜੇ ਸਾਰਾ ਮਹੱਲਾ ਦਲਾਸੇ ਦਿੰਦਾ, ਪੁੱਤਰਾ ਹੀ ਤੇਰੇ ਵੱਡੇ ਵਡੇਰੇ ਨਾ ਰੋ। ਜਨਾਨੀ ਮਰ ਜੇ ਕੋਈ ਬੀਬੀ ਆਉਂਦੀ, ਮੈਂ ਤੇਰੀ ਜਨਾਨੀ। ਸਾਨੂੰ ਪੁੱਛੋ ਸਿਆਣੇ, ਐਵੇਂ ਤਾਂ ਨਹੀਂ ਕਹਿੰਦੇ ਜਨਾਨੀ ਦੀਆਂ ਗਾਲਾਂ ਘਿਓ ਦੀਆਂ ਨਾਲਾਂ। ਜਿੰਨਾ ਚਿਕਰ ਉਹਨੂੰ ਘੁੱਟ ਕੇ ਨਾ ਸਵਾਂ, ਨੀਂਦਰ ਹੀ ਨਹੀਂ ਪੈਂਦੀ। ਅੰਮਾ ਮੇਰੀ ਕਹਿੰਦੀ, ਪੁੱਤਰ ਤੂੰ ਉਹਦੇ ਥੱਲੇ ਲੱਗਣ। ਮੈਂ ਕਿਹਾ ਮਾਂ ਹੀ ਮੈਨੂੰ ਉੱਤੇ ਠੰਡ ਲੱਗ। ਹਾਂਜੀ।